ਇੱਥੇ ਢੋਲ ਵਜਾਣੇ ਪੈਂਦੇ ਨੇ। ਫਤਮਾ ਤੂੰ ਢੋਲ ਸੁਣਦੀ ਰਹਿੰਦੀ ਹੈ, ਤੈਨੂੰ ਕਿਵੇਂ ਪਤਾ ਕਿ ਇੱਥੇ ਢੋਲ ਵਜਦੇ ਨੇ? ਮੈਂ ਚੰਮ ਕਲੰਦਰੀ ਧਮਾਲ ਵਜਾਣਗੇ, ਫਿਰ ਭੰਗੜਾ ਤੇ ਉਸ ਤੋਂ ਬਾਅਦ ਲੁੱਡੀ ਵੀ। ਕਿਵੇਂ ਹੋ ਸਾਰੇ? ਮੈਂ ਇੱਕ ਦੋ ਦਿਨ ਪਹਿਲੇ ਢੋਲ ਦੇ ਇੱਕ ਰੰਗ ਬਾਰੇ ਵੀਡੀਓ ਅਪਲੋਡ ਕੀਤੀ ਸੀ, ਤੁਸੀਂ ਸਾਰਿਆਂ ਬਹੁਤ ਪਸੰਦ ਕੀਤੀ ਅਤੇ ਕੁਝ ਲੋਕਾਂ ਗਿਲਾ ਵੀ ਕੀਤਾ ਕਿ ਤੁਸੀਂ ਢੋਲ ਦੀਆਂ ਬੀਟਸ ਜਿਹੜੀਆਂ ਨੇ ਉਹ ਬਹੁਤ ਘੱਟ ਸੁਣਾਈਆਂ ਨੇ। ਤੁਹਾਡੀ ਸਭ ਦੀ ਫਰਮਾਇਸ਼ 'ਤੇ ਅੱਜ ਮੈਂ ਬਾਹਰ ਨਿਕਲੀ ਹਾਂ। ਲਾਹੌਰ ਦੇ ਅਕਸਰ ਚੌਕਾਂ 'ਤੇ ਤੁਹਾਨੂੰ ਢੋਲਚੀ ਬੈਠੇ ਨਜ਼ਰ ਆਉਂਦੇ ਨੇ ਅਤੇ ਅੱਜ ਮੈਂ ਲਿਬਰਟੀ ਵਾਲੇ ਪਾਸੇ ਜਾ ਰਹੀ ਹਾਂ, ਵੇਖਦੀ ਹਾਂ ਕਿ ਅਗਰ ਉਸ ਚੌਕ 'ਤੇ ਕੁਝ ਢੋਲਚੀ ਬੈਠੇ ਹੋਏ ਤਾਂ ਤੁਹਾਨੂੰ ਅੱਜ ਢੋਲ ਦੀਆਂ ਬੀਟਸ ਸੁਣਾਉਂਦੀ ਹਾਂ। ਲਓ ਜੀ, ਕਿਸਮਤ ਚੰਗੀ ਹੈ ਤੇ ਬੈਠੇ ਹੋਏ ਨੇ ਢੋਲ ਵਾਲੇ, ਆਓ ਉਧਰ ਚੱਲਦੇ ਆ। ਅੱਛਾ ਜੀ, ਕਿਹੜਾ ਕਿਹੜਾ ਢੋਲ ਵਜਾਓਗੇ? ਕਲੰਦਰੀ ਧਮਾਲ, ਠੀਕ ਹੈ, ਉਸਕੇ ਬਾਅਦ ਹਮ ਭੰਗੜਾ ਵਜਾਏਂਗੇ। ਅੱਛਾ ਜੀ, ਇਹ ਕਲੰਦਰੀ ਧਮਾਲ ਵਜਾਣਗੇ, ਫਿਰ ਭੰਗੜਾ ਤੇ ਉਸ ਤੋਂ ਬਾਅਦ ਲੁੱਡੀ ਵੀ? ਲੁੱਡੀ, ਚਲੋ ਡਨ ਹੋ ਗਿਆ, ਹਮ ਧਮਾਲ ਵਜਾ ਰਹੇ। ਅਬ ਹਮ ਭੰਗੜਾ ਵਜਾਏਂਗੇ। ਲੁੱਡੀ ਵਜਾ ਰਹੇ ਹਾਂ ਪੰਜਾਬੀ ਦਾ। ਚੌਕ ਤੇ ਮਾਰਿਆ ਹੈ ਛਾਪਾ ਮੇਰੀ ਇੱਕ ਦੋਸਤ ਨੇ, ਫਾਤਮਾ ਨੇ, ਬੜੀ ਪਿਆਰੀ ਦੋਸਤ ਹੈ ਤੇ ਇਹਨੇ ਮੈਨੂੰ ਕਿਹਾ ਕਿ ਹੁਸੈਨ ਚੌਕ ਤੇ ਇੱਕ ਹੋਰ ਢੋਲਚੀਆਂ ਦਾ ਗਰੁੱਪ ਬੈਠੇ ਹੈ ਤੇ ਉਹ ਵੀ ਬੜੇ ਜ਼ਬਰਦਸਤ ਬੀਟਸ ਵਜਾਉਂਦੇ ਨੇ ਤੇ ਚਲੋ ਫਾਤਮਾ ਦੇ ਨਾਲ ਹੁਣ ਉੱਥੇ ਚੱਲਦੇ ਆ। ਪਹੁੰਚ ਗਏ ਆ। ਲੈ ਬਈ ਫਾਤਮਾ, ਕਿੱਥੇ ਖੜੇ ਨੀ ਢੋਲਚੀ? ਤੂੰ ਤੇ ਕਹਿ ਰਹੀ ਸੀ ਇੱਥੇ ਬੜੇ ਖੜੇ ਹੋਏ ਨੇ, ਨਜ਼ਰ ਤੇ ਨਹੀਂ ਆ ਰਹੇ? ਉਹ ਖਲੋਤੇ ਨੇ, ਆ ਜਾਓ ਜੀ ਉਧਰ ਚੱਲਨੇ ਆ। ਫਾਤਮਾ ਦਰਅਸਲ ਜੰਮ ਪਾਲੀ ਲਾਹੌਰ ਦੀ ਹੈ ਤੇ ਇਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ, ਇਸ ਕਰਕੇ ਮੈਨੂੰ ਇੱਥੇ ਲੈ ਕੇ ਆਈ ਹੈ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਅਸੀਂ ਦੋਵੇਂ ਸਹੇਲੀਆਂ ਢੋਲ ਸੁਣਨ ਆਈਆਂ। ਬਹੁਤ ਮਿਹਰਬਾਨੀ ਜੀ, ਚਲੋ ਸ਼ੁਰੂ ਕਰੋ।
ਸਾਡੇ ਦੋਵਾਂ ਦਾ ਤੇ ਢੋਲ ਸੁਣ ਕੇ ਢੋਲ ਵੱਜਦਾ ਸੁਣ ਕੇ ਪੈਰ ਖੁਦ ਬਖੁਦ ਥਿਰਕਣਾ ਸ਼ੁਰੂ ਹੋ ਗਏ। ਢੋਲ ਵੱਜਦਾ ਹੋਵੇ ਤੇ ਬੰਦਾ ਆਪਣੇ ਆਪ ਤੇ ਕੰਟਰੋਲ ਰੱਖ ਜਾਏ, ਇਹ ਕਿੱਥੇ ਦੀ ਗੱਲ ਹੈ। ਖੈਰ ਚਲੋ ਹੁਣੇ ਸਾਨੂੰ ਡਿਸਕੋ ਸੁਣਾਉਣ ਲੱਗੇ। ਜੋ ਮੁਕੰਦਰ ਜੀ ਕਮਾਂ ਇਹਨੇ ਕੰਮ ਦੇ ਸਿਰ ਤੇ ਗੱਲ ਬਣਦੀ ਹੈ ਜੀ। ਚਾਚਾ ਜੀ ਅਸੀਂ ਢੋਲ ਵਜਾਣਾ ਸਿੱਖਣਾ ਸਿਖਾ ਦਿਓਗੇ? ਸਿਖਾ ਦੇ ਆ ਜਾਂਦਾ ਹੈ, ਆ ਜਾਂਦਾ ਹੈ, ਸੱਚੀ ਬੜਾ ਦਿਲ ਕਰਦਾ ਕਸਮੇ। ਫਟਾ ਤੂੰ ਐ ਹੀ ਵਜਾ, ਬੜਾ ਵਜ਼ਨੀ ਹੈ। ਗੱਲ ਚ ਪਏ ਢੋਲ ਵਜਾਣੇ ਪੈਂਦੇ ਨੇ, ਮੈਂ ਵੀ ਇੱਕ ਦਿਨ ਸਿੱਖ ਲੈਣਾ ਢੋਲ। ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ ਆਪਣਾ ਫੀਡਬੈਕ ਜ਼ਰੂਰ ਦੇਣਾ। ਰੱਬ ਰੱਖਣਾ ਭਾਈ, ਲਾ ਇਹ ਬਹੁਤ ਭਾਰੀ ਹੈ।